ਇਹੋ ਜਿਹਾ ਕਿਹੜਾ ਜੀਵ ਹੈ ਜਿਹੜਾ ਕਿ ਕਿਸੇ ਵੀ ਚੀਜ਼ ਦਾ ਸਵਾਦ ਆਪਣੀ ਜੀਭ ਨਾਲ ਨਹੀਂ ਲੈਂਦਾ ਬਲਕਿ ਪੈਰਾਂ ਨਾਲ ਲੈਂਦਾ? ਕਮਾਲ ਹੈ, ਜੀਭ ਹੈ ਲੇਕਿਨ ਜੀਭ ਨਾਲ ਸਵਾਦ ਨਹੀਂ ਲੈਂਦਾ ਪੈਰਾਂ ਨਾਲ ਲੈਂਦਾ। ਇਹੋ ਜਿਹਾ ਕਿਹੜਾ ਜੀਵ ਹੈ ਜੋ ਆਪਣੀ ਮਤਲਬ ਕਿਸੇ ਵੀ ਚੀਜ਼ ਦਾ ਸਵਾਦ ਜੀਭ ਨਾਲ ਨਹੀਂ ਲੈਂਦਾ ਪੈਰ, ਉਹਦੀ ਜੀਭ ਹੀ ਨਹੀਂ ਹੋਣੀ, ਵਿਚਾਰੇ ਦਾ ਮੂੰਹ ਹੀ ਨਹੀਂ ਹੋਣਾ। ਜੀਭ ਜੋ ਸਾਰਾ ਕੁਝ ਹੈਗਾ, ਜੇ ਜੀਭ ਹੈਗੀ ਤਾਂ ਹੀ ਜੀਭ ਦਾ ਕਰਿਆ ਗਿਆ ਨਾ। ਪੈਰਾਂ ਨਾਲ ਸਵਾਦ ਲੈਂਦਾ, ਇਹ ਤਾਂ ਫਿਰ ਵਿਚਾਰ ਤੋਂ ਨਾ, ਇਹ ਤਾਂ ਤੁਸੀਂ ਜੀਕੇ ਦਾ ਕੁਐਸਚਨ ਲਿਆ। ਜੋ ਵੀ ਆ ਤੁਸੀਂ ਪਾਓ, ਬਸ ਖੜ ਜਾਓ, ਰੁਕ ਜਾਓ, ਇਹ ਤਾਂ ਔਖਾ ਹੈ ਨਾ, ਇਹ ਤਾਂ ਫਿਰ ਇਹ ਕੋਈ ਔਖਾ ਨਹੀਂ ਹੈਗਾ, ਪਹਿਲਾਂ ਮੈਨੇ ਪਾਇਆ ਹੋਇਆ ਬਹੁਤ ਵਾਰੀ। ਨਹੀਂ ਇਹ ਜੀਵ ਆਪਣੇ ਸਾਡੇ ਘਰ ਕਦੇ ਦੇਖਿਆ ਘੁੰਮਦਾ ਫਿਰਦਾ? ਸਾਡੇ ਘਰ ਤਾਂ ਚੂਹਾ ਹੁੰਦਾ, ਚੂਹੇ ਤਾਂ ਸਾਰਾ ਕੁਛ ਖਾ ਜਾਂਦਾ, ਕੋਕਰੋਚ, ਕੋਕਰੋਚ ਵੀ ਹੈ, ਬਹੁਤ ਜ਼ਿਆਦਾ ਵਧੀਆ ਚੀਜ਼ ਆ, ਬਹੁਤ ਜ਼ਿਆਦਾ ਮੇਰੀ ਫੇਵਰਟ। ਤੁਹਾਡੀ ਫੇਵਰਟ ਹੈ ਜੀ, ਜਾਨਵਰ ਹੀ ਹੈ ਨਾ, ਹੈ ਤਾਂ ਕੋਈ ਸਿੱਧੀ ਕਹਿ ਮੈਨੂੰ ਜੀਵ ਨਹੀਂ, ਮੈਂ ਪਤਾ ਕੁਛ ਹੋਰ ਹੀ ਨਾ ਹੋਏ, ਤੁਹਾਨੂੰ ਕੀ ਪਤਾ ਲੱਗਦਾ ਕਿ ਇਹਨੇ ਕੱਟ ਦੋ, ਜਿਵੇਂ ਪਿਛਲੀ ਵਾਰ ਰੀਆ ਨੂੰ ਬੰਦਰੀਆ ਬਣਾਤਾ ਸੀਗਾ, ਫਿਰ ਸਹੀ ਸੀ ਜਵਾਬ ਸਾਰੇ ਦੇ ਸਹੀ ਆਏ ਸੀ। ਚਲੋ ਇੱਕ ਮਿੰਟ, ਕਿਹੜਾ ਜੀਵ ਹੈ ਜਿਹੜਾ ਪੈਰਾਂ ਦੇ ਨਾਲ ਸਵਾਦ ਲੈਂਦਾ ਘਰ ਦੇ? ਛਿਪਕਲੀ, ਮੂੰਹ ਹੈਗਾ ਉਹਦੇ, ਤੇ ਮੂੰਹ ਤਾਂ ਫਿਰ ਤੁਸੀਂ ਕਿਹਾ ਹੈ, ਤਿੱਦੇ 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 ਜੇ ਨਹੀਂ, ਪੈਰ ਲਾ ਕੇ ਕਿਸ ਚੀਜ਼ ਦਾ ਸਵਾਦ ਕੌਣ ਲੈਂਦਾ? ਪੈਰ ਕਿਹਦੇ ਨੇ? ਕੋਕਰੋਚ ਦੇ ਪੈਰ ਹੁੰਦੇ ਨੇ ਬੜੇ, ਸਾਰਿਆਂ ਦੇ ਹੁੰਦੇ, ਮੱਛਰ ਮੱਛਰ ਦੇ ਵੀ ਹੁੰਦੇ ਨੇ, ਜੀਭ ਵੀ ਹੁੰਦੀ ਹੈ, ਤੇ ਦੰਦੀ ਵੀ ਵੱਢਦਾ ਉਹ। ਓਕੇ, ਕਿਹਦੇ ਨਾਲ ਸਵਾਦ ਲੈਂਦਾ ਉਹ? ਪੈਰਾਂ ਨਾਲ, ਪੈਰਾਂ ਨਾਲ ਸਵਾਦ ਲੈਂਦਾ ਜੀ। ਘਰ ਦੇ ਸਾਡੇ ਘਰ ਤੁਸੀਂ ਦੇਖਿਆ ਹੋ ਜੀਭ? ਇੱਕ ਵਾਰ ਦੇਖਿਆ ਸੀ ਤੇ ਮੈਂ ਤੁਹਾਨੂੰ ਦਿਖਾਇਆ ਵੀ ਸੀ, ਉਹ ਦੇਖੋ ਕਿੰਨੀ ਵਧੀਆ ਹੈ, ਉਹ ਦੇਖੋ ਮੱਕੜੀ, ਮੱਕੜੀ ਨਹੀਂ, ਉਹ ਤਾਂ ਉੱਪਰ ਦਿਖਾਉਂਗੀ ਮੈਂ, ਨੀਚੇ ਥੋੜਾ ਨਾ ਦਿਖਾਉਂਗੀ। ਨੀਚੇ ਕਿਹੜਾ ਜੀਭ ਦਿਖਾਦਾ ਤੁਸੀਂ? ਉਹ ਤਾਂ ਨਹੀਂ, ਉਹ ਜਿਹੜੀ ਆਪਣਾ ਲੱਕੜ ਨੂੰ ਲੱਗਦੀ ਹੈ, ਸੁੰਡ, ਸੁੰਡ ਪਤਾ ਨਹੀਂ ਕੀ ਕਹਿੰਦੇ ਨੇ ਆਪਣਾ, ਉਹ ਕੀ ਕਹਿੰਦੇ ਲੱਕੜ ਨੂੰ ਜਿਹੜੀ ਲੱਗਦੀ ਹੈ, ਸਿਉਂਖ, ਕਿਹੜਾ ਜੀਵ ਹੈ ਸਾਡੇ ਘਰ ਆਏ? ਚੂਹਾ ਹੋ ਗਿਆ, ਸੱਪ ਸੁੱਪ ਤਾਂ ਚਲੋ, ਕਿਹੜਾ ਜੀਵ ਹੈ ਜਿਹੜਾ ਕਿ ਕਿਸੇ ਵੀ ਚੀਜ਼ ਦਾ ਸਵਾਦ ਜੀਵ ਨਾਲ ਨਹੀਂ ਲੈਂਦਾ ਆਪਣੇ ਪੈਰਾਂ ਨਾਲ ਲੈਂਦਾ? ਚੱਪਲ, ਚੱਪਲ, ਚੱਪਲ ਜੀਵ ਥੋੜ੍ਹਾ ਹੁੰਦੀ ਹੈ, ਜੀਵ ਕਿਹਾ ਮੈਨੇ, ਖੜ ਜਾ, ਇਹੋ ਜਿਹਾ ਕਿਹੜਾ ਜੀਵ ਹੈ ਸਾਰੀ ਚੀਜ਼ ਦਾ ਸਵਾਦ ਆਪਣੇ ਪੈਰਾਂ ਨਾਲ ਲੈਂਦਾ? ਝਾੜੂ, ਜੀਵ ਕਿਹਾ ਝਾੜੂ ਜੀਵ ਹੁੰਦਾ, ਖੜ ਜਾ, ਹਾਰ ਗਏ ਬਈ, ਮੈਨੂੰ ਤਾਂ ਇਹ ਨਹੀਂ ਪਤਾ ਲੱਗਦਾ ਕਿਹੜਾ ਜਾਨਵਰ ਸਾਡੇ ਘਰ ਆ ਕੇ ਮੁੜ ਕੇ ਚਲਾ ਗਿਆ, ਮੈਨੂੰ ਮਿਲਿਆ ਵੀ ਨਹੀਂ, ਭਾਈ ਮਿਲ ਕੇ ਤਾਂ ਜਾਂਦਾ ਘੱਟੋ ਘੱਟ, ਮੈਂ ਕੋਈ ਹਾਰ ਦਾ ਜਵਾਬ ਹੀ ਦੇ ਦਿੰਦਾ। ਹਾਂ ਦੱਸੋ, ਹਾਰ ਗਏ? ਹਾਂ, ਹੋਰ ਕੋਈ ਜਾਨਵਰ ਯਾਦ ਹੀ ਨਹੀਂ ਆ ਰਿਹਾ ਹੁਣ, ਇੰਨੇ ਜਾਨਵਰ ਨੇ, ਇੱਕ ਜਾਨਵਰ ਦਾ ਸਹੀ ਨਾਮ ਉਹ ਸਾਡੇ ਘਰ ਨਹੀਂ ਆਉਂਦਾ ਨਾ, ਤੁਹਾਡੇ ਘਰੇ ਆਇਆ ਸੀ, ਕਿਹੜਾ ਜਾਨਵਰ ਆ ਕੇ ਗਿਆ? ਚਲੋ ਕਹਿ ਦੋ ਮੈਂ ਹਾਰ ਗਿਆ, ਮੈਂ ਹਾਰ ਗਿਆ, ਹੋਰ ਕੀ, ਕੱਲ ਵੀ ਹਾਰੇ ਸੀ, ਅੱਜ ਫੇਰ ਦੂਸਰੀ ਵਾਰ ਹਾਰ ਗਿਆ। ਹਾਂ, ਸੋ ਉਸ ਜੀਵ ਦਾ ਨਾਮ ਆ ਤਿੱਤਲੀ, ਬਟਰਫਲਾਈ। ਤਿੱਤਲੀ ਸਾਡੇ ਘਰ ਕਦੋਂ ਆਈ ਹੈ? ਆਈ ਹੈ, ਉੱਪਰ ਬੈਠੀ ਸੀਗੀ, ਮੈਂ ਦਿਖਾਈ ਸੀਗੀ। ਓਹੋ, ਉਹ ਪੈਰਾਂ ਦਾ ਸਵਾਦ ਲੈਂਦੀ ਹੈ? ਹਾਂਜੀ। ਅੱਛਾ ਜੀ, ਇਹ ਤਾਂ ਨਵੀਂ ਗੱਲ ਦੱਸੀ ਤੁਸੀਂ, ਥੈਂਕ ਯੂ। ਲੋ ਜੀ, ਇਸ ਬੁਝਾਰ ਦਾ ਮਤਲਬ ਜੀ ਕੇ ਸਵਾਲ ਹੀ ਹੈ, ਇਹਦਾ ਜਵਾਬ ਹੈ ਜੀ ਤਿੱਤਲੀ।